ਦੇਖੋ ਜੀ, ਮੈਂ ਵੱਡੇ ਵੱਡੇ ਲੀਡਰਾਂ ਦੇ ਬਾਜੇ ਵਜਾਉਣੇ ਆ। ਲੋਕਾਂ ਦੇ ਮੁੱਦੇ ਸਾਡੇ ਵਾਸਤੇ ਵਿਆਹ ਵਾ। ਪਰਮਨੀਤ ਬਿੱਟੂ ਕਹਿੰਦਾ ਮੇਰਾ ਮਨ ਦੁਖੀ ਆ। ਉਹ ਦੁਖੀ ਜਿਹੜਾ ਤੂੰ ਦੁੱਖ ਕੀਤਾ ਉਹਨਾਂ ਲੋਕਾਂ ਨੂੰ। ਦੇਖੋ ਜੀ, ਮੈਂ ਵੱਡੇ ਵੱਡੇ ਲੀਡਰਾਂ ਦੇ ਬਾਜੇ ਵਜਾਉਣੇ ਆ ਅਤੇ ਤਾਂ ਹੀ ਉੱਥੇ ਬਾਜੇ ਲੈ ਕੇ ਆਇਆ ਵਾਂ, ਕਿਉਂਕਿ ਇਹ ਜਿਹੜੇ ਲੀਡਰ ਹੈਗੇ ਆ ਆਹ ਲੋਕਾਂ ਵਾਸਤੇ ਕੱਖ ਕੰਮ ਨਹੀਂ ਕਰਦੇ। ਜੇ ਕੱਖ ਕੰਮ ਕਰਦੇ ਹੁੰਦੇ ਤਾਂ ਅਸੀਂ ਫਿਰ ਭਾਈ ਚੋਣਾਂ ਨਾਲ ਲੜਦੇ ਕਰਾਂ। ਸਾਡੇ ਕੋਲ ਮੁੱਦੇ ਦੀ ਬਰਾਤ ਲੈ ਕੇ ਆਏ ਸੀ ਅੱਜ ਅਤੇ ਅਸੀਂ ਚੋਣ ਕਮਿਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹਨਾਂ ਪੂਰੀ ਸਿਕਿਉਰਟੀ ਲਾਈ ਆ, ਪੂਰੀ ਜਾਣਕਾਰੀ ਦਿੱਤੀ ਆ ਅਤੇ ਮੈਂ ਚੋਣ ਕਮਿਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਟੀਟੂ ਬਾਣੀ ਨੂੰ ਪਰੇਸ਼ਾਨ ਨਾ ਕਰਿਓ। ਜੇ ਟੀਟੂ ਬਾਣੀ ਪਰੇਸ਼ਾਨ ਲੱਗਦਾ ਫਿਰ ਪੂਰਾ ਲੁੱਦਾ ਨਾਲ ਪਰੇਸ਼ਾਨ ਆ। ਕਹਿੰਦਾ ਵਾ ਤੁਹਾਡੀ ਗੱਡੀ ਵੀ ਬੈਕ ਕਰਾ ਦਿੱਤੀ ਪਿੱਛੇ? ਨਹੀਂ ਨਹੀਂ ਕੋਈ ਗੱਲ ਨਹੀਂ, ਮੈਨੂੰ ਪਤਾ ਨਹੀਂ ਸੀ ਪਾਰਕਿੰਗ ਇੱਥੇ ਕੋਈ ਨਹੀਂ ਬੈਕ ਕਰਵਾਈ, ਤਾਂ ਮੇਰੇ ਭਰਾ ਨੇ ਅਨੁਸ਼ਾਸਨ ਦੇ। ਹਾਂ ਕੀ ਅੱਜ ਬੈਂਡ ਵਾਜੇ ਲੈ ਕੇ ਕੋਈ ਵਿਆਹ ਤਾਂ ਰੱਖਿਆ ਨਹੀਂ ਹੋਇਆ? ਉਹ ਵਿਆਹ ਜੀ ਬਾਈ ਜੀ, ਲੋਕਾਂ ਦੇ ਮੁੱਦੇ ਸਾਡੇ ਵਾਸਤੇ ਵਿਆਹ ਵਾ। ਚਿੱਟੇ ਨਾਲ ਨਸ਼ੇ ਨਾਲ ਮਰੀ ਜਾਂਦੇ ਆ, ਖਸ ਖਸ ਦੀ ਖੇਤੀ ਕਰਾਉਂਦੇ ਨਹੀਂ, ਡੋਡੇ ਫੀਮ ਖੋਲਦੇ ਨਹੀਂ ਕਿਰਾ, ਅਤੇ ਪੁਲਿਸ ਮੁਲਾਜ਼ਮ ਕਿਵੇਂ ਰੁਕੂਗਾ ਚਿੱਟੇ ਦੀ ਰੋਕਥਾਮ ਜਿਹੜੇ ਇਹਨਾਂ ਨੇ ਪੈਦਾ ਕਰਤੇ? ਮੈਡੀਕਲ ਨਸ਼ੇ ਲੋਕ ਖਾਈ ਜਾਂਦੇ ਆ, ਲੋਕ ਆਈਟੈਕਸ ਖਾਈ ਜਾਂਦੇ ਆ ਕਿਰਾ, ਯਾਨੀ ਮੁੱਦੇ ਹੀ ਮੁੱਦੇ ਨੇ ਬਾਈ ਜੀ। ਅੱਗੇ ਅੱਗੇ ਪਟਾਕੇ ਪੈਣੇ, ਟੀਟੂ ਬਾਣੀ ਦੇ ਪੱਟਾਂ ਦੇ ਹੱਥ ਮਾਰਦਾ ਜੀ, ਆ ਗਿਆ ਪਹਿਲੀ ਬਾਣੀ, ਆ ਗਿਆ ਪਹਿਲੀ ਬਾਣੀ, ਆ ਗਿਆ ਜੀ ਅੱਜ ਪਸੀਨੇ ਚੋਂਦੇ ਆ, ਉਹਨਾਂ ਨੂੰ ਪਿੰਡਾਂ 'ਚ ਕੋਈ ਵੰਡ ਨਹੀਂ ਦਿੰਦਾ, ਕਹਿੰਦੇ ਸਾਨੂੰ ਪਿੰਡਾਂ 'ਚ ਨਹੀਂ ਵੰਡ ਦਿੰਦੇ। ਉਹ ਰਮਣੀਤ ਬਿੱਟੂ ਕਹਿੰਦਾ ਮੇਰਾ ਮਨ ਦੁਖੀ ਆ। ਉਹ ਦੁਖੀ ਜਿਹੜਾ ਤੂੰ ਦੁੱਖ ਕੀਤਾ ਉਹਨਾਂ ਨੂੰ, ਲੋਕਾਂ ਨੂੰ, ਲੋਕਾਂ ਨੂੰ ਤਕਲੀਫਾਂ ਦਿੱਤੀਆਂ ਨੇ ਤੁਸੀਂ ਲੋਕਾਂ ਨੇ, ਇੰਨੀਆਂ ਇੰਨੀਆਂ ਤਨਖਾਹਾਂ ਨੇ, ਇੱਕ ਪੜ੍ਹੇ ਲਿਖੇ ਤੁਸੀਂ ਇੰਨੀ ਇੰਨੀ ਗੱਲ ਮੈਨ ਲਈ ਫਿਰਦੇ ਹੋ। ਸਾਡਾ ਜਿਹੜਾ ਪ੍ਰਸ਼ਾਸਨ ਹੈਗਾ ਵਾ ਉਹ ਪੜ੍ਹਿਆ ਲਿਖਿਆ ਵਾ, ਇੱਥੇ SHO ਵੀ ਪੜ੍ਹਿਆ ਲਿਖਿਆ ਵਾ, ਆਹ ਲੀਡਰ ਸਾਨੂੰ ਅਨਪੜ੍ਹ ਮਿਲ ਗਏ। ਢੋਲ ਵਜਾ ਕੇ ਮੈਂ ਵੀ ਆਪਦਾ ਰੌਲਾ ਪਾਉਣ ਆਇਆ ਵਾ ਵੀ ਟੀਟੂ ਬਾਣੀ ਹੈਗਾ ਵਾ, ਹਜੇ ਮਰਿਆ ਨਹੀਂ ਆ, ਬਸ ਆਹ ਇਹਨੇ ਲੀਡਰ ਨੂੰ ਦਿਖਾਉਣਾ ਆ। ਆਹ ਜਿਹੜੇ ਸਿਆਸੀ ਲੀਡਰ ਲੋਕ ਆਪਾਂ ਕਾਗਜ ਭਰਨ ਆਏ ਆ ਨਾ, ਆਹ ਸਾਰੇ ਪਾਸੇ ਤੁਰੇ ਫਿਰਦੇ ਹੁਣ, ਸਾਰੇ ਪਾਸੇ ਤੁਰੇ ਫਿਰਦੇ ਹੁਣ ਤਾਂ, ਹਾਂ ਕਾਗਜ ਭਰਨ ਆਏ।